ਤੁਸੀਂ ਜਿੱਦਾਂ ਦੇ ਬੈਂਕ ਦੇ ਅੱਗੇ ਕਿੰਨ ਧਰਨਾ ਲਾਇਆ ਹੋਇਆ ਤੁਹਾਡਾ ਕੀ ਕਹਿਣਾ ਜੀ ਮੈਂ ਬਲਿੰਦਰ ਸਿੰਘ ਜਿੱਦਾਂ ਤੋਂ ਬੋਲ ਰਿਹਾ ਇਹਦੇ ਸੰਬੰਧ ਵਿੱਚ ਆਪਣੇ ਐਕਸਿਸ ਬੈਂਕ ਮੂਹਰੇ ਅਸੀਂ ਧਰਨਾ ਲਾਈ ਬੈਠੇ ਹਾਂ ਜੋ ਕਿ ਆਪਣੇ ਮੁਲਾਜ਼ਮ ਬਾਹਰਲੀਆਂ ਕੰਪਨੀਆਂ ਮਤਲਬ ਸਸਤੇ ਬੰਦੇ ਰੱਖੀ ਜਾਂਦੇ ਮਹਿੰਗੇ ਇਹ ਮਤਲਬ ਕੱਢੀ ਜਾਂਦੇ ਕਿਉਂਕਿ ਆਪਾਂ ਨੂੰ ਇਸ ਗੱਲ 'ਚ ਬਾਹਰਲੀ ਕੰਪਨੀ ਨੇ ਖੇਤੀ ਕਰਨੀ ਚਾਹੀਦੀ ਹੈ ਵੀ ਠੀਕ ਨਹੀਂ ਹੁੰਦਾ ਕੰਮ ਆਪਣੇ ਸੰਬੰਧ 'ਚ ਵੀ ਸਾਨੂੰ ਇਹ ਪ੍ਰਚਲਿਤ ਨਹੀਂ ਹੋ ਰਿਹਾ ਕੰਮ।